ਸਤਿ ਸ੍ਰੀ ਅਕਾਲ ਦੋਸਤੋ, ਕਿੱਦਾਂ ਹਾਲ ਚਾਲ ਜੀ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਤੁਹਾਡੀ ਸਲਾਮਤੀ ਦੀ, ਤੁਹਾਡੀ ਖੁਸ਼ੀਆਂ ਦੀ ਦੁਆ ਹਮੇਸ਼ਾ ਉਸ ਪਰਮਾਤਮਾ ਤੋਂ, ਅੱਲਾਹ ਤਾਲਾ ਤੋਂ ਕਰਦੇ ਰਵਾਂਗੇ ਜੀ। ਸੋ ਜੀ, ਅੱਜ ਮੈਂ ਇੱਕ ਗੱਲ ਕਹਿਣ ਲਈ, ਜੋ ਕਿ ਇੱਕ ਕਹਾਣੀ ਦੇ ਰੂਪ ਵਿੱਚ ਮੈਂ ਤੁਹਾਨੂੰ ਦੱਸੂੰਗਾ, ਬਟ ਹੈ ਉਹ ਸੱਚੀ ਕਹਾਣੀ, ਆਪਣੇ ਨਾਲ ਰੋਜ਼ ਦੀ ਤਰ੍ਹਾਂ ਉਹ ਬੀਤਦੀ, ਆਪਾਂ ਆਪਣੇ ਨਾਲ ਤੁਸੀਂ ਇਹ ਰੀਅਲਾਈਜ਼ ਕਰੋਗੇ। ਉਹ ਮੈਂ ਆਪਣੇ 'ਤੇ ਲੈ ਕੇ ਤੁਹਾਨੂੰ ਦੱਸ ਰਿਹਾ ਕਿ ਮੰਨ ਲਓ ਮੈਂ ਜਾ ਰਿਹਾ ਗਰਮੀ ਦੇ ਦਿਨ, ਮੈਂ ਪੈਦਲ ਜਾ ਰਿਹਾ, ਮੈਨੂੰ ਬੜੀ ਤੇਜ਼ ਲੱਗੀ ਆ, ਸਾਹਮਣੇ ਇੱਕ ਦਰਖਤ ਆ, ਦਰਖਤ ਥੱਲੇ ਜਾ ਕੇ ਮੈਂ ਖੜ ਗਿਆ ਛਾਵੇਂ, ਉਹਦੇ ਸਾਹਮਣੇ ਇੱਕ ਘਰ ਆ, ਇੱਕ ਹੀ ਘਰ ਆ, ਆਸੇ ਪਾਸੇ ਹੋਰ ਕੁਛ ਨਹੀਂ। ਉੱਥੋਂ ਇੱਕ ਬੰਦਾ ਨਿਕਲਦਾ, ਮੈਨੂੰ ਦੇਖਦਾ, ਮੈਂ ਗਰਮੀ ਮਹਿਸੂਸ ਕਰ ਰਿਹਾ, ਮੈਨੂੰ ਉਹਨੇ ਇਸ਼ਾਰਾ ਕੀਤਾ, ਥੋੜ੍ਹੇ ਦੂਰ ਆ ਦਰਖਤ ਤੋਂ, ਥੋੜ੍ਹਾ ਦੂਰ ਆ, ਇੱਦਾਂ ਇਸ਼ਾਰਾ ਕੀਤਾ ਵੀ ਪਾਣੀ ਪੀਣ ਦਾ। ਮੈਂ ਉਹਨੂੰ ਹਾਂ 'ਚ ਸਿਰਾ ਲਾਤਾ ਵੀ ਹਾਂ ਪਾਣੀ ਪੀਣਾ। ਬੰਦਾ ਅੰਦਰ ਗਿਆ, 5 ਮਿੰਟ ਡੀਕਿਆ ਮੈਂ ਉਹਨੂੰ, 10 ਮਿੰਟ ਡੀਕਿਆ, ਬੰਦਾ ਬਾਹਰ ਨਹੀਂ ਆਇਆ। ਮੈਂ ਉਹਦੇ ਪ੍ਰਤੀ ਵਿਚਾਰ ਬਣਾ ਲਿਆ, ਮੈਂ ਕਿਹਾ ਯਾਰ ਬੜਾ ਘਟੀਆ ਕਿਸਮ ਦਾ ਆਦਮੀ ਯਾਰ, ਮੈਨੂੰ ਕਹਿ ਕੇ ਅਤੇ ਬਾਅਦ 'ਚ ਬਾਹਰ ਹੀ ਨਹੀਂ ਆਇਆ। ਮੈਂ ਤਾਂ ਆਪਦਾ ਪੈਂਡਾ ਨਿਬੇੜਦਾ, ਮੈਨੂੰ ਉਹਦੇ 'ਚ ਦੱਸ ਹੀ ਦਿੰਦਾ ਤਾਂ ਵੀ ਭਾਈ ਨਾ ਹੀ ਪੁੱਛਦਾ ਤਾਂ ਮੈਂ ਆਪਦਾ ਅੱਗੇ ਜਾਂਦਾ। ਥੋੜ੍ਹੇ ਚਿਰ ਬਾਅਦ ਕੀ ਹੁੰਦਾ ਕਿ ਗੇਟ ਖੁੱਲ੍ਹਦਾ, ਬੰਦੇ ਦੇ ਹੱਥ 'ਚ ਜੱਗ ਆ, ਗਲਾਸ ਆ, ਮੇਰੇ ਵੱਲ ਨੂੰ ਵਧਿਆ ਰਿਹਾ। ਕਹਿੰਦਾ ਭਾਅ ਜੀ ਮੈਂ ਸ਼ਿਕੰਜਵੀ ਬਣਾਉਣ ਲੱਗ ਗਿਆ ਸੀਗਾ, ਮੈਂ ਸੋਚਿਆ ਭਾਅ ਜੀ ਨੂੰ ਹੁਣ ਪਾਣੀ ਤਾਂ ਕੀ ਪਿਆਈਏ, ਸ਼ਿਕੰਜਵੀ ਬਣਾ ਕੇ ਪਿਆ ਦਿੰਦੇ ਹਾਂ। ਮੇਰੇ ਅੰਦਰ ਉਹ ਬੰਦੇ ਦੇ ਪ੍ਰਤੀ ਵਿਚਾਰ ਫਿਰ ਬਦਲ ਗਏ, ਮੈਂ ਕਿਹਾ ਬੜਾ ਯਾਰ ਕੇਅਰਿੰਗ ਬੰਦਾ, ਬੜਾ ਵਧੀਆ ਬੰਦਾ ਯਾਰ, ਹੈ ਨਾ, ਵੀ ਪਾਣੀ ਨਾ ਪਿਆ ਕੇ ਆਪਾਂ ਨੂੰ ਸ਼ਿਕੰਜਵੀ ਬਣਾ ਕੇ ਲੈ ਆਇਆ। ਬੰਦੇ ਨੇ ਗਲਾਸ 'ਚ ਸ਼ਿਕੰਜਵੀ ਪਾਈ, ਮੈਂ ਪੀਤਾ, ਇੱਕ ਘੁੱਟ ਪੀਤਾ, ਕੀ ਦੇਖਦਾ ਕਿ ਉਹ 'ਚ ਮਿੱਠਾ ਹੈ ਨਹੀਂ। ਮੇਰੇ ਉਹ ਬੰਦੇ ਦੇ ਪ੍ਰਤੀ ਫਿਰ ਵਿਚਾਰ ਬਦਲ ਗਏ, ਮੈਂ ਕਿਹਾ ਤੂੰ ਜੇ ਖੰਡ ਹੈ ਨਹੀਂ ਸੀ ਤਾਂ ਤੂੰ ਸਿੱਧਾ ਮੈਨੂੰ ਪਾਣੀ ਪਿਆ ਦਿੰਦਾ, ਮੇਰਾ ਟਾਈਮ ਤਾਂ ਨਾ ਬਰਬਾਦ ਹੁੰਦਾ। ਇਹ ਮੈਂ ਸੋਚ ਹੀ ਰਿਹਾ ਕਿ ਉਹਨੇ ਬੰਦੇ ਨੇ ਇੱਕ ਪੁੜੀ ਕੱਢੀ, ਉਹ 'ਚ ਖੰਡ ਸੀ। ਉਹ ਕਹਿੰਦਾ ਭਾਅ ਜੀ ਮੈਂ ਰੁਕੋ ਇੱਕ ਮਿੰਟ, ਮੈਂ ਤੁਹਾਨੂੰ ਖੰਡ ਨਾਲ ਲੈ ਕੇ ਆਇਆ। ਕਈ ਵਾਰੀ ਬੰਦੇ ਨੂੰ ਨਾ ਕਿਸੇ ਸ਼ਿਕਾਇਤ ਹੁੰਦੀ, ਮੰਨ ਲਓ ਸ਼ੂਗਰ ਦੀ ਸ਼ਿਕਾਇਤ ਜਾਂ ਕੋਈ ਇੱਦਾਂ ਦਾ ਕੁਛ ਹੁੰਦਾ, ਜਾਂ ਕਈ ਵਾਰੀ ਨਹੀਂ ਕੋਈ ਪੀਂਦਾ ਹੁੰਦਾ ਖੰਡ ਦਾ, ਤਾਂ ਮੈਂ ਨਾਲ ਲੈ ਕੇ ਆਇਆ, ਜੇ ਤੁਸੀਂ ਚਾਹੋ ਤਾਂ ਇਹਨੂੰ ਯੂਜ ਕਰ ਸਕਦੇ ਹੋ। ਮੇਰੇ ਅੰਦਰ ਫਿਰ ਵਿਚਾਰ ਉਹਦੇ ਪ੍ਰਤੀ, ਬੰਦੇ ਦੇ ਪ੍ਰਤੀ ਬਦਲ ਗਏ, ਫਿਰ ਬੰਦਾ ਬੜਾ ਕੇਅਰਿੰਗ ਆ। ਸੋ ਜੀ, ਆਪਣੇ ਨਾ ਵਿਚਾਰ ਬੜੇ ਛੇਤੀ ਬਦਲਦੇ ਰਹਿੰਦੇ ਆ, ਅਤੇ ਆਪਾਂ ਉਹ ਬੰਦੇ ਸਾਹਮਣ ਲਈ ਬੰਦੇ ਨੂੰ ਮੌਕਾ ਵੀ ਨਹੀਂ ਦਿੰਦੇ ਆਪਣੇ ਆਪ ਨੂੰ ਪ੍ਰੂਵ ਕਰਨ ਲਈ। ਇੱਦਾਂ ਹੁੰਦਾ, ਇਹ ਆਪਣੇ ਰੂਟੀਨ ਦੀ ਜ਼ਿੰਦਗੀ ਦਾ ਇਹ ਬਣ ਚੁੱਕਿਆ ਹਿੱਸਾ, ਇੱਦਾਂ ਹੁੰਦਾ ਆਪਣੇ ਨਾਲ ਸਾਰਿਆਂ ਨਾਲ। ਇਹ ਮੈਂ ਸਟੋਰੀ ਤੁਹਾਨੂੰ ਕਿਉਂ ਸੁਣਾਈ, ਮੈਂ ਐਜ਼ ਏ ਐਕਟਰ ਇਸ ਇੰਡਸਟਰੀ ਦੇ ਵਿੱਚ ਨਵਾਂ ਹਲੇ ਕੰਮ ਕਰ ਰਿਹਾ, ਪਰ ਛੋਟਾ ਮੋਟਾ ਹੀ ਹਾਂ, ਪਰ ਮੈਂ ਕੰਮ ਕਰ ਰਿਹਾ ਆਪਦੀ ਇਮਾਨਦਾਰੀ ਨਾਲ ਇਸ ਇੰਡਸਟਰੀ ਦੇ ਵਿੱਚ। ਤੁਹਾਡਾ ਮਨੋਰੰਜਨ ਕਰਕੇ ਮੇਰੀ ਡਿਊਟੀ ਆ, ਤੁਹਾਡਾ ਮਨੋਰੰਜਨ ਕਰਨਾ, ਚਾਹੇ ਉਹ ਹਸਾ ਕੇ ਕਰਾਂ, ਚਾਹੇ ਕੋਈ ਸੈਡ ਮੂਮੈਂਟਸ ਆ, ਚਾਹੇ ਰੋਮੈਂਟਿਕ ਆ, ਜਿੱਦਾਂ ਦਾ ਵੀ ਮਤਲਬ ਨੌ ਰੰਗ ਆ ਐਕਟਿੰਗ ਦੇ, ਉਹਨਾਂ ਦੇ ਵਿੱਚ ਕੋਈ ਵੀ ਪੱਖ ਲੈ ਕੇ ਮੈਂ ਚੱਲਦਾ ਕਿ ਤੁਹਾਡਾ ਮਨੋਰੰਜਨ ਹੋਵੇ, ਮੈਨੂੰ ਦੇਖ ਕੇ ਮੇਰੀ ਗੱਲ ਸੁਣ ਕੇ ਤੁਸੀਂ ਹੱਸੋ, ਤੁਸੀਂ ਰੋਮੈਂਟਿਕ ਹੋ, ਤੁਸੀਂ ਸੈਡ ਹੋਵੇ, ਕੁਛ ਵੀ, ਤਾਂ ਉਹ ਮੈਂ ਕੰਮ ਕਰ ਰਿਹਾ। ਪਰ ਫਿਰ ਵੀ ਕੁਛ ਕੁ ਬੰਦੇ ਇੱਦਾਂ ਦਾ ਉਸਨੂੰ ਸੀਰੀਅਸ ਲੈ ਜਾਂਦੇ ਕਿ ਥੱਲੇ ਨੈਗੇਟਿਵ ਕਮੈਂਟ ਜੋ ਆਉਂਦੇ ਆ, ਬੜਾ ਉਹ ਥੋੜ੍ਹਾ ਫੀਲ ਕਰਾਉਂਦੇ ਆ ਵੀ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ। ਪਰ ਇਹ ਕੱਲ੍ਹ ਮੈਂ ਫੇਸਬੁੱਕ 'ਤੇ ਸਟੋਰੀ ਸੁਣੀ ਸੀ, ਇਹ ਜਦੋਂ ਸਟੋਰੀ ਸੁਣੀ ਤਾਂ ਮੇਰੇ ਥੋੜ੍ਹੇ ਵਿਚਾਰ ਬਦਲ ਗਏ ਕਿ ਲੋਕਾਂ ਦਾ ਜੋ ਨਜ਼ਰੀਆ ਤੁਹਾਡੇ ਪ੍ਰਤੀ ਉਹ ਬੜੀ ਛੇਤੀ ਛੇਤੀ ਚੇਂਜ ਹੁੰਦਾ ਰਹਿੰਦਾ, ਅਤੇ ਤੁਹਾਡਾ ਇੱਕ ਹੀ ਏਮ ਹੋਣਾ ਚਾਹੀਦਾ ਕਿ ਤੁਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰਦੇ ਰਹੋ। ਸੋ ਮੈਨੂੰ ਤਾਂ ਇਸ ਸਟੋਰੀ ਤੋਂ ਬੜੀ ਸੇਧ ਮਿਲੀ, ਅਤੇ ਬਾਕੀ ਤੁਹਾਡਾ ਧੰਨਵਾਦ ਆ, ਤੁਸੀਂ ਸਾਰੇ ਬੜੇ ਪਿਆਰ ਕਰਦੇ ਹੋ, ਉਹਦੇ ਲਈ ਤੁਹਾਡੇ ਦਿਲੋਂ ਧੰਨਵਾਦੀ ਹਾਂ, ਇੱਦਾਂ ਪਿਆਰ ਬਣਾਈ ਰੱਖੋ, ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਾਂਦੇ ਵਾਸਤੇ ਰਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਸਤਿ ਸ਼੍ਰੀ ਅਕਾਲ।